ਸੰਗਰੂਰ ਲਾਈਵ 'ਤੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਦੋਸਤੋ। ਅਤੇ ਚੋਣਾਂ ਦੇ ਸਪੈਸ਼ਲ ਦੇ ਵਿੱਚ ਹਰ ਇੱਕ ਗਤੀਵਿਧੀ ਤੁਹਾਨੂੰ ਸੰਗਰੂਰ ਦੇ ਨੇਤਾ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਅਤੇ ਅੱਜ ਦੀ ਜਾਣਕਾਰੀ ਹੈ ਕਿ ਆਖਿਰ ਕੇਵਲ ਢਿੱਲੋਂ ਨੂੰ ਆਉਣਾ ਹੀ ਪਿਆ ਧੀਮਾਨ ਦੇ ਘਰ। ਜੀ ਹਾਂ ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਕਿ ਸੰਗਰੂਰ ਕਾਂਗਰਸ ਸੀਟ ਨੂੰ ਲੈ ਕੇ ਧੜੇਬਾਜ਼ੀ ਬਣੀ ਹੋਈ ਹੈ, ਅਤੇ ਇਸ ਧੜੇਬਾਜ਼ੀ ਨੇ ਕੇਵਲ ਸਿੰਘ ਢਿੱਲੋਂ ਨੂੰ ਹਰ ਇੱਕ ਕਾਂਗਰਸ ਦੇ ਨੇਤਾ ਨੂੰ ਮਨਾਉਣ ਦੇ ਲਈ ਮਜਬੂਰ ਕੀਤਾ ਪਿਆ। ਅਤੇ ਅੱਜ ਦੇਰ ਰਾਤ ਕੇਵਲ ਸਿੰਘ ਢਿੱਲੋਂ ਸੁਰਜੀਤ ਧੀਮਾਨ ਦੇ ਘਰ ਗਏ, ਜਿੱਥੇ ਉਹਨਾਂ ਨੇ ਸੁਰਜੀਤ ਧੀਮਾਨ ਨਾਲ ਚਾਹ ਦੀ ਪਿਆਲੀ ਸਾਂਝੀ ਕੀਤੀ। ਕੇਵਲ ਢਿੱਲੋਂ ਨੇ ਮੀਡੀਆ ਨਾਲ ਗੱਲ ਕਰਦੇ ਦੱਸਿਆ ਕਿ ਸੁਰਜੀਤ ਧੀਮਾਨ ਦਾ ਮੇਰੇ ਨਾਲ ਕੋਈ ਰੋਸ਼ਨੀ ਹੈ ਅਤੇ ਅਸੀਂ ਇਕੱਠਿਆਂ ਨੇ ਬੈਠ ਕੇ ਚਾਹ ਪੀਤੀ ਹੈ ਅਤੇ ਗੱਲਾਂ ਬਾਤਾਂ ਕਰੀਆਂ ਨੇ। ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਸਾਡੀ ਪਾਰਟੀ ਇੱਕ ਹੈ ਅਤੇ ਅਸੀਂ ਸੰਗਰੂਰ ਸੀਟ ਨੂੰ ਵੱਡੇ ਫਰਕ ਦੇ ਨਾਲ ਕਲੀਅਰ ਕਰਨਾ ਹੈ। ਉਹਨਾਂ ਦੇ ਨਾਲ ਇਹ ਵੀ ਕਿਹਾ ਕਿ ਸੁਰਜੀਤ ਧੀਮਾਨ ਮੇਰੇ ਨਾਲ ਪ੍ਰਚਾਰ ਜ਼ਰੂਰ ਕਰਨਗੇ, ਅਤੇ ਉਹਨਾਂ ਨੇ ਤਾਂ ਮੈਨੂੰ ਇੱਥੇ ਤੱਕ ਵੀ ਕਿਹਾ ਕਿ ਜੇਕਰ ਹੁਣ ਪ੍ਰਚਾਰ ਕਰਨਾ ਇਸੇ ਸਮੇਂ ਤਾਂ ਉਹ ਉਹਨਾਂ ਦੇ ਨਾਲ ਜਾ ਸਕਦੇ ਨੇਗੇ। ਪਰ ਬੇਸ਼ੱਕ ਉੱਪਰ ਦੇ ਮਨ ਤੋਂ ਕੇਵਲ ਸਿੰਘ ਢਿੱਲੋਂ ਸੁਰਜੀਤ ਧੀਮਾਨ ਨਾਲ ਆਪਣਾ ਪਿਆਰ ਅਤੇ ਉਹਨਾਂ ਦੇ ਪੁੱਤਰ ਜਸਵਿੰਦਰ ਧੀਮਾਨ ਨਾਲ ਆਪਣਾ ਪਿਆਰ ਦਿਖਾਉਣ ਕਹਿਣ ਕਿ ਅਸੀਂ ਚਾਹ ਪੀਤੀ ਹੈ, ਪਰ ਇਹ ਸਾਫ ਧੜੇਬਾਜ਼ੀ ਨਜ਼ਰ ਆ ਰਹੀ ਹੈ, ਜਿਸ ਕਰਕੇ ਕੇਵਲ ਸਿੰਘ ਢਿੱਲੋਂ ਦੀਆਂ ਮੁਸ਼ਕਿਲਾਂ ਨੇ ਜਿਹੜੀਆਂ ਉਹ ਵਧੀਆਂ ਹੋਈਆਂ ਨੇ, ਅਤੇ ਉਹਨਾਂ ਨੂੰ ਆਪਣੇ ਹੀ ਅੰਦਰ ਧੜੇਬਾਜ਼ੀ ਨੂੰ ਦੇਖਦੇ ਹੋਏ ਇਹਨਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਜਿਸ ਦੇ ਕਰਕੇ ਦੇਰ ਰਾਤ ਉਹਨਾਂ ਨੂੰ ਆਪਣੇ ਪਾਰਟੀ ਦੇ ਬੰਦਿਆਂ ਨੂੰ ਹੀ ਮਨਾਉਣ ਦੇ ਲਈ ਘਰ ਘਰ ਉਹਨਾਂ ਦੇ ਜਾਣਾ ਪੈ ਰਿਹਾ। ਆਓ ਸੁਣਦੇ ਹਾਂ ਕੇਵਲ ਸਿੰਘ ਢਿੱਲੋਂ ਨੇ ਕੀ ਕਿਹਾ। ਧੀਮਾਨ ਸਾਹਿਬ ਮੇਰੇ ਭਰਾ ਨੇ ਜੀ, ਸਾਡੀ ਪਿਛਲੇ 40 ਸਾਲ ਤੋਂ ਦੋਸਤੀ ਹੈ, ਹਮੇਸ਼ਾ ਇਕੱਠੇ ਰਹੇ ਹਾਂ, ਮੇਰੇ ਕੁਲੀਗ ਵੀ, ਅਸੀਂ MLA ਵੀ ਇਕੱਠੇ ਰਹੇ ਹਾਂ, ਅੱਜ ਵੀ ਧੀਮਾਨ ਸਾਹਿਬ ਕੋਲ ਚਾਹ ਪੀਣ ਆਏ ਹਾਂ, ਸਾਡਾ ਪਰਿਵਾਰ ਆ, ਅਸੀਂ ਸਾਰਾ ਇਲੈਕਸ਼ਨ ਦੇ ਵਿੱਚ ਸਾਰੇ ਇਕੱਠੇ ਹੋ ਕੇ ਚੱਲਦੇ ਹਾਂ, ਤੁਹਾਨੂੰ ਪਤਾ ਸਾਡੀ ਪਾਰਟੀ ਇੱਕ ਆ। ਕੋਈ ਨਾਰਾਜ਼ਗੀ ਨਹੀਂ ਜੀ, ਮੈਂ ਤਾਂ ਪਿਛਲੇ ਸ਼ੁਰੂ ਤੋਂ ਕਹਿੰਦਾ ਕਾਹਦੀ ਨਾਰਾਜ਼ਗੀ, ਅਸਾਂ ਸਾਰਾ ਪਰਿਵਾਰ ਆ, ਕਾਂਗਰਸ ਪਾਰਟੀ ਵਧੀਆ ਸਾਰਾ ਕੁਝ। ਕਿਉਂ ਨਹੀਂ ਆਉਣਗੇ, ਮੇਰੇ ਭਰਾ ਨੇ ਜੀ, ਧੀਮਾਨ ਸਾਹਿਬ ਹੁਣੇ ਕਹਿੰਦੇ ਜਿੱਥੇ ਮਰਜ਼ੀ ਮੱਲਿਆ ਚਲੋ, ਚਾਹੇ ਪੇ ਚਰਚਾ, ਚਲੋ ਜੀ। ਪਰ ਹੁਣ ਦੇਖਣਾ ਇਹ ਹੋਏਗਾ ਕਿ ਇਹ ਮਨ ਮੜਾਵ ਹੈ ਜਿਹੜਾ ਸੁਰਜੀਤ ਧੀਮਾਨ ਅਤੇ ਉਹਨਾਂ ਦੇ ਬੇਟੇ ਜਸਵਿੰਦਰ ਧੀਮਾਨ ਦਾ ਠੀਕ ਹੋਏਗਾ, ਜਾਂ ਫਿਰ ਇਸਦਾ ਅਸਰ ਹੈ ਜਿਹੜਾ ਜਿਸ ਤਰੀਕੇ ਦੇ ਨਾਲ ਹੁਣ ਤੱਕ ਪੈ ਰਿਹਾ ਉਹ ਆਉਣ ਵਾਲੀ ਚੋਣਾਂ ਦੇ ਵਿੱਚ ਪਏਗਾ। ਇਹ ਇੱਕ ਬੜੀ ਹੀ ਜਿਹੜੀ ਗੰਭੀਰ ਗੱਲ ਹੈ, ਜਿਹੜੀ ਕਾਂਗਰਸ ਸੀਟ ਸੰਗਰੂਰ ਤੋਂ ਬਣੀ ਹੋਈ ਹੈਗੀ। ਫਿਲਹਾਲ ਕੇਵਲ ਸਿੰਘ ਢਿੱਲੋਂ ਨੇ ਜਿਹੜੇ ਉਹ ਸੁਰਜੀਤ ਧੀਮਾਨ ਦੇ ਘਰ ਗਏ ਸੀਗੇ, ਅਤੇ ਉਹਨਾਂ ਨੇ ਕਿਹਾ ਹੈਗਾ ਕਿ ਮੇਰਾ ਸੁਰਜੀਤ ਧੀਮਾਨ ਦੇ ਨਾਲ ਕੋਈ ਰੋਸ਼ਨੀ ਹੈ, ਅਤੇ ਸੁਰਜੀਤ ਧੀਮਾਨ ਦਾ ਵੀ ਟਿਕਟ ਕਲੀਅਰ ਹੋਣ ਤੋਂ ਬਾਅਦ ਕੇਵਲ ਸਿੰਘ ਢਿੱਲੋਂ ਦੇ ਨਾਲ ਕੋਈ ਰੋਸ਼ਨੀ ਹੈਗੀ। ਕੀ ਕਿਹਾ ਕੇਵਲ ਸਿੰਘ ਢਿੱਲੋਂ ਨੇ ਤੁਹਾਨੂੰ ਉਹ ਵੀ ਸੁਣਾਉਂਦੇ ਹਾਂ, ਅਤੇ ਫੈਸਲਾ ਹੁਣ ਤੁਹਾਡੇ ਹੱਥ ਦੇ ਵਿੱਚ ਹੈ ਕਿ ਪਾਰਟੀ ਦੇ ਵਿੱਚ ਜਿਹੜੀ ਧੜੇਬਾਜ਼ੀ ਹੋਈ ਹੈ ਉਸਦਾ ਅਸਰ ਕੇਵਲ ਸਿੰਘ ਢਿੱਲੋਂ ਨੂੰ ਕਿੰਨਾ ਕੁ ਪਏਗਾ, ਕਿ ਉਹਨਾਂ ਦੀ ਜਿੱਤ ਦੇ ਵਿੱਚ ਇਹ ਇੱਕ ਰੋੜਾ ਬਣ ਕੇ ਆਏਗਾ ਜਾਂ ਨਹੀਂ, ਇਹ ਆਉਣ ਵਾਲਾ ਸਮੇਂ ਦੱਸੇਗਾ। ਹਾਲਾਂਕਿ ਕੇਵਲ ਸਿੰਘ ਢਿੱਲੋਂ ਦੀ ਚਾਹ ਤੋਂ ਬਾਅਦ ਸੁਰਜੀਤ ਧੀਮਾਨ ਅਤੇ ਉਹਨਾਂ ਦੇ ਬੇਟੇ ਜਸਵਿੰਦਰ ਧੀਮਾਨ ਨੇ ਇਸ ਚਾਹ 'ਤੇ ਹੋਈ ਚਰਚਾ ਦੇ ਬਾਰੇ ਕੋਈ ਵੀ ਗੱਲ ਮੀਡੀਆ ਅੱਗੇ ਕਰਨ ਤੋਂ ਸਾਫ ਇਨਕਾਰ ਕੀਤਾ। ਪਰ ਦੇਖਣਾ ਇਹ ਹੋਏਗਾ ਕਿ ਹੁਣ ਸੁਰਜੀਤ ਧੀਮਾਨ ਵੱਲੋਂ ਅੱਗੇ ਆਉਣ ਵਾਲੀ ਗੱਲ ਕੀ ਹੋਏਗੀ, ਕਿ ਉਹ ਕੇਵਲ ਸਿੰਘ ਢਿੱਲੋਂ ਨਾਲ ਆਪਣਾ ਪੈਚਅਪ ਕਰ ਚੁੱਕੇ ਨੇ ਜਾਂ ਇਸੇ ਤਰੀਕੇ ਦੇ ਨਾਲ ਜਿਹੜਾ ਵਿਰੋਧ ਹੈ ਉਹ ਜਾਰੀ ਰਹੇਗਾ। ਵੀਡੀਓ ਚੰਗੀ ਲੱਗੀ ਤਾਂ ਸਾਂਝੀ ਜ਼ਰੂਰ ਕਰਨਾ, ਅਤੇ ਵੱਖ ਵੱਖ ਜਾਣਕਾਰੀਆਂ ਚੋਣਾਂ ਦੇ ਸਪੈਸ਼ਲ ਸੰਗਰੂਰ ਦੇ ਲਈ ਦੇਖਦੇ ਰਹੋ ਸੰਗਰੂਰ ਲਾਈਵ, ਅਤੇ ਪੇਜ ਨੂੰ ਲਾਈਕ ਜ਼ਰੂਰ ਕਰੋ। ਧੰਨਵਾਦ।